ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਨੂੰ ਸਮਰਾਟ ਸਕੂਲ ਬਣਾਉਣ ਦਾ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਅੱਜ ਸਮਰਾਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਨੂੰ ਸਮਰਾਟ ਸਕੂਲ ਬਣਾਉਣ ਦਾ ਉਦਘਾਟਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਹਲਕਾ ਵਿਧਾਇਕ ਸਰਦਾਰ ਅਮਰੀਕ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੂੰ ਪੰਜਾਬ ਸਰਕਾਰ ਵੱਲੋਂ ਸਮਰਾਟ ਸਕੂਲ ਬਣਾਇਆ ਗਿਆ ਹੈ, ਜਿਸ ਨਾਲ ਇਲਾਕੇ ਦੇ ਬੱਚਿਆਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਦਵਿੰਦਰ ਸਿੰਘ, ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ, ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸਨੀ ਦੂਆ, ਲਵੀ ਢਿੱਲੋਂ, ਪੀ ਏ ਅਮਰਨਾਥ ਟਾਂਗਰਾ, ਵਿਨੋਦ ਕੁਮਾਰ ਅਗਰਵਾਲ ਤੋਂ ਇਲਾਵਾ ਸਕੂਲ ਦੇ ਸਟਾਫ ਅਤੇ ਕਮੇਟੀ ਮੈਂਬਰ ਆਦਿ ਵੀ ਹਾਜ਼ਰ ਸਨ। ਸਮਰਾਲਾ ਤੋਂ ਕੈਮਰਾਮੈਨ ਬਲਵਿੰਦਰ ਸਿੰਘ ਬੰਬ ਦੇ ਨਾਲ ਨਿਊਜ਼ ਇੰਡੀਆ ਟਾਈਮ ਲਈ ਭੂਸ਼ਣ ਬਾਂਸਲ ਦੀ ਵਿਸ਼ੇਸ਼ ਰਿਪੋਰਟ। ਅਤੇ ਉਹਦੇ ਸਟਾਫ ਔਰ ਪੀ ਟੀ ਏ ਦੇ ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ, ਜਿਨ੍ਹਾਂ ਦੀ ਮਿਹਨਤ ਸਦਕਾ ਸਾਡਾ ਇਹ ਸਮਰਾਲਾ ਸਕੂਲ ਹੈ, ਸਮਰਾਟ ਸਕੂਲ ਬਣਿਆ ਔਰ ਸਾਰੀ ਵਧਾਈ ਦੇ ਪਾਤਰ ਨੇ। ਮੈਂ ਹੁਣ ਸੁਣ ਰਿਹਾ ਸੀਗਾ ਕਿ ਵਿਜੇਂਦਰ ਸਿੰਗਲਾ ਜੀ ਕਹਿ ਰਹੇ ਸੀਗੇ ਕਿ ਅਸੀਂ 2-3 ਸਾਲਾਂ ਤੋਂ ਜਿਹੜੀ ਨਕਲ ਸੀਗੀ ਉਹਦਾ ਬਹੁਤ ਕੰਟਰੋਲ ਕੀਤਾ। ਸ਼ਾਇਦ ਪਤਾ ਨਹੀਂ ਤੁਸੀਂ ਅਮਰਾਜ ਜੀ ਤੁਸੀਂ ਉਦੋਂ ਹੈਗੇ ਸੀ ਕਿ ਨਹੀਂ, ਇਹ ਜਿਹੜਾ ਅੱਜ ਹੈ ਅਸੀਂ ਤਾਂ ਇਹ ਤਕਰੀਬਨ 2000 ਤੋਂ 2000 ਤੋਂ 2000। ਬਿਲਕੁਲ ਜੀ, ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਿਲਕੁਲ ਮਾਡਰਨ ਟੈਕਨੋਲੋਜੀ ਨਾਲ ਜੋੜ ਕੇ ਬੱਚਿਆਂ ਦੇ ਪੜ੍ਹਨ ਦੇ ਤਰੀਕੇ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਇਜਾਫਾ ਕੀਤਾ ਗਿਆ, ਜਿਸ ਤਰ੍ਹਾਂ ਬੱਚਿਆਂ 'ਚ ਹੁਣ ਬਿਲਕੁਲ ਵੀ ਉਹਨਾਂ ਦਾ ਕੌਨਫੀਡੈਂਸ ਵਧੇਗਾ। ਜਿਸ ਤਰ੍ਹਾਂ ਪ੍ਰਾਈਵੇਟ ਜਾਂ ਅਸੀਂ ਕਹਿੰਦੇ ਹਾਂ ਪਬਲਿਕ ਸਕੂਲਾਂ ਦੇ ਵਿੱਚ ਕਲਾਸਰੂਮ ਸੀਗੇ, ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਿੱਖਿਆ ਵਿਭਾਗ ਨੇ ਸਾਡੇ ਸਕੂਲ ਨੂੰ 5 ਸਮਾਰਟ ਕਲਾਸਰੂਮ ਦਿੱਤੇ ਨੇ। 2 ਕਲਾਸਰੂਮ ਸਾਡੇ ਟੀਚਰਸ ਨੇ ਆਪ ਪਹਿਲਾਂ ਹੀ ਇੱਥੇ ਵਿਕਸਿਤ ਕੀਤੇ ਹੋਏ ਸੀ, ਹੁਣ ਸਿਰਕਟਵਾਂ ਸਕੂਲ ਸਾਡਾ ਹੋ ਗਿਆ ਜਿੱਥੇ 7 ਸਮਾਰਟ ਕਲਾਸਰੂਮ ਤੇ ਐਜੂਸੈਟਰਾਂ ਹੀ ਪਹਿਲਾਂ ਹੀ ਪੜ੍ਹਾਈ ਚੱਲਦੀ ਸੀ। ਪਿੱਛੇ ਹੀ ਸਾਡੇ SERT ਨੇ ਆਈ ਸਕੂਲਾਂ ਨਾਮ ਦਾ ਇੱਕ ਸੋਫਟਵੇਅਰ ਬਣਾਇਆ ਸੀ ਜਿਹੜਾ ਬਾਖੂਬੀ ਇਹਨਾਂ 7 ਦੇ 7 ਸਾਡੇ ਸਮਾਰਟ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਸਿੱਖਿਅਤ ਕਰਨ ਵਿੱਚ ਸਹਾਈ ਹੁੰਦਾ ਹੈ। ਬੱਚੇ ਅਸੀਂ ਬਹੁਤ ਇੰਜੋਏ ਕਰਦੇ ਨੇ ਲੇਟੈਸਟ ਐਨੀਮੇਸ਼ਨਸ। ਅਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਵੀ ਇਹ ਸੋਫਟਵੇਅਰ ਵੀ ਸਾਡੇ ਅਧਿਆਪਕਾਂ ਦੁਆਰਾ ਹੀ SERT ਵਿੱਚ ਬਣਾਇਆ ਗਿਆ, ਸੋ ਬੱਚੇ ਬਹੁਤ ਲਾਈਕ ਕਰਦੇ ਆ, ਇੰਟਰਸਟਿੰਗ ਬਣ ਗਈ ਉਹਨਾਂ ਵਾਸਤੇ ਪੜ੍ਹਾਈ, ਅਤੇ ਇਸ ਦੇ ਨਾਲ ਵਾਕਈ ਸਿੱਖਿਆ ਦੇ ਮਿਆਰ 'ਚ ਫਾਇਦਾ ਹੋਵੇਗਾ, ਬੱਚਿਆਂ ਦਾ ਰੁਝਾਨ ਹੋਰ ਪੜ੍ਹਾਈ ਵਧੇਗਾ। ਇੱਕ ਗੱਲ ਕਰੀਏ ਸਟੂਡੈਂਟ ਦੀ, ਤਾਂ ਸਟੂਡੈਂਟ ਦੀ ਸਟਰੈਂਥ ਕਿੰਨੀ ਹੈ ਇੱਥੇ? ਇਸ ਵੇਲੇ ਸਾਡੀ 1000+ ਅਤੇ ਟੀਚਰ ਸਾਡੇ ਕੋਲ 45 ਦਾ ਸਟਾਫ ਹੈ, ਜਿਹਦੇ 'ਚ ਕੋਈ 37 ਦੇ ਕਰੀਬ 34 ਦੇ ਗਰੀਬ ਟੀਚਿੰਗ ਸਟਾਫ ਸਫੀਸ਼ੈਂਟ ਨੇ ਟੀਚਰ ਨਹੀਂ ਹਜੇ ਸਾਡੇ ਕੋਲ ਥੋੜ੍ਹੀਆਂ ਜਿਹੀਆਂ, ਜਿਸ ਤਰ੍ਹਾਂ 2 ਅੰਗਰੇਜ਼ੀ ਦੇ ਲੈਕਚਰਰਸ, 2 ਪੰਜਾਬੀ ਲੈਕਚਰਰਸ, 1 ਡੀਜੀ ਸਾਹਿਬ, 1 ਬਾਇਓ ਲੈਕਚਰਰ ਦੀ ਪੋਸਟ ਖਾਲੀ ਹੋਈ ਹੈ, ਅਤੇ ਉਮੀਦ ਹੈ ਇਹ ਵੀ ਜਲਦੀ ਅਗਲੀਆਂ ਭਰਤੀਆਂ 'ਚ ਜਾਂ ਪ੍ਰਮੋਸ਼ਨ 'ਚ। ਉਹਨਾਂ ਦਾ ਫਿਰ ਹੁਣ ਜਿਹੜਾ ਬੋਝ ਆ ਉਹ ਦੂਸਰੇ ਟੀਚਰਾਂ 'ਤੇ ਦਿੱਤਾ ਜਾਂਦਾ? ਦੂਸਰੇ ਟੀਚਰ ਸਾਡੇ ਬਹੁਤ ਕੋਆਪਰੇਟਿਵ ਨੇ, ਜਦ ਤੱਕ ਸਾਡੇ ਉਹ ਨਹੀਂ ਆਉਂਦੇ ਵਿਚਾਰੇ ਉਹ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਹੜੇ ਸਿੱਖਿਆ ਨੂੰ ਲੈ ਕੇ ਬਹੁਤ ਹੀ ਗੰਭੀਰ ਨੇ, ਉਹਨਾਂ ਨੇ ਪੂਰੇ ਆਪਣੇ ਪੰਜਾਬ ਵਿੱਚ ਕਿੰਨੇ ਹਜ਼ਾਰ ਸਕੂਲ ਹੀ ਸਮਾਰਟ ਸਕੂਲ ਬਣਾਏ। ਸਾਡੀ ਵੀ ਸ਼ਹਿਰ ਵਾਸੀ ਸ਼ਹਿਰ ਵਾਲਿਆਂ ਦੀ ਅਤੇ ਹੋਰ ਲੋਕਾਂ ਦੀ ਮੰਗ ਸੀ ਕਿ ਜਿਹੜਾ ਇਹ ਸਮਾਰਟ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਇਜ਼ ਹੈ, ਇਸ ਨੂੰ ਪਹਿਲਾਂ ਤਾਂ ਕਿਉਂਕਿ ਗੱਲ ਦਾ ਅਸੀਂ ਪਹਿਲਾਂ ਹੀ ਕਰਾਤਾ ਸੀਗਾ ਵੀ ਇਸ ਨੂੰ ਵੀ ਸਮਾਰਟ ਸਕੂਲ ਬਣਾਇਆ ਜਾਵੇ, MLA ਸਾਹਿਬ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਅਸੀਂ ਇੱਥੋਂ ਭੇਜਿਆ ਸੀ, ਕਮੇਟੀ ਮੈਂਬਰਾਂ ਨੇ ਸਾਰਿਆਂ ਨੇ ਲਿਖ ਕੇ ਦਿੱਤਾ, ਉਹ ਅੱਜ ਪਾਸ ਹੋ ਗਿਆ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਸਾਡੇ ਮਾਣਯੋਗ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ ਅਤੇ ਸਾਡੇ ਮਾਣਯੋਗ MLA ਸਾਹਿਬ ਸਰਦਾਰ ਅਮਰੀਕ ਸਿੰਘ ਢਿੱਲੋਂ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਸਮਰਾਲੇ ਬਾਰੇ ਬਹੁਤ ਸੋਚਦੇ ਨੇ। ਇਹਨਾਂ ਨੇ ਜਦੋਂ ਦੇ ਅਸੀਂ ਸਕੂਲ ਸਾਂਭਿਆ, ਕਮੇਟੀ ਨੇ ਬਹੁਤ ਹੀ ਬਿਲਡਿੰਗ ਵੀ ਵਧੀਆ ਬਣਾਤੀ ਅਤੇ ਬੱਚਿਆਂ ਦਾ ਰਿਜ਼ਲਟ ਵੀ ਸਾਡਾ 100% ਆਇਆ ਪਿਛਲੇ 3-4 ਸਾਲਾਂ ਤੋਂ। ਮੈਂ ਫਿਰ ਧੰਨਵਾਦ ਕਰਦਾ ਸਰਦਾਰ ਅਮਰੀਕ ਸਿੰਘ ਢਿੱਲੋਂ ਜੀ ਦਾ ਕਿ ਜਿਨ੍ਹਾਂ ਦੇ ਸਦਕਾ ਅੱਜ ਇਹ ਸਾਡਾ ਬੋਆਇਜ਼ ਸਕੂਲ ਸਮਾਰਟ ਸਕੂਲ ਬਣਿਆ। ਸਭ ਤੋਂ ਪਹਿਲਾਂ ਤਾਂ ਮੈਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ ਵਿਜੇਂਦਰ ਸਿੰਗਲਾ, ਐਜੂਕੇਸ਼ਨ ਮਿਨਿਸਟਰ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਮਰਾਟ ਸਕੂਲ ਲੈ ਕੇ ਆਉਂਦੇ ਨੇ। ਔਰ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ
ਅਤੇ ਮੇਰੇ ਹਲਕੇ ਦੇ ਵਿੱਚ ਸਮਰਾਲਾ ਅਤੇ ਮਾਛੀਵਾੜਾ ਬਲੋਕ ਦੇ ਵਿੱਚ 18 ਜਿਹੜੇ ਸਕੂਲ ਨੇ ਉਹ ਮਤਲਬ ਹੈ ਵੀ ਸਮਰਾਟ ਸਕੂਲ ਬਣੇ ਨੇ। ਇਸ ਗੱਲ ਦੀ ਵੀ ਮੈਂ ਮਤਲਬ ਹੈ ਸਾਰੇ ਆਪਣੇ ਸਟਾਫ ਅਤੇ ਟੀਚਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਮਿਹਨਤ ਸਦਕਾ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਕੂਲ ਲੈ ਕੇ ਆਉਂਦੇ ਨੇ। ਔਰ ਅੱਜ ਜਿਹੜੇ ਸਾਡੇ ਮੁੱਖ ਮੰਤਰੀ ਦੀ ਰਹਿਨਮਾਈ ਹੇਠ ਪੰਜਾਬ ਦੇ ਸਮਾਰਟ ਸਕੂਲ ਬਣੇ ਨੇ, ਇੱਥੋਂ ਜਿਸ ਤਰ੍ਹਾਂ ਕੁਛ ਸਮੇਂ ਪਹਿਲਾਂ ਪਿੱਛੇ ਸਾਡੇ ਬੱਚੇ ਜਿਹੜੇ ਇੰਗਲਿਸ਼ ਸਕੂਲਾਂ 'ਚ ਜਿੱਥੇ ਜ਼ਿਆਦਾ ਹਾਈ ਸੀਗੀਆਂ ਜਾਂ ਪ੍ਰਾਈਵੇਟ ਸਕੂਲਾਂ ਜਾਣ ਲੱਗ ਗਏ ਸੀਗੇ, ਅੱਜ ਇਹਨਾਂ ਸਮਾਰਟ ਸਕੂਲਾਂ ਦੇ ਸਦਕਾ ਜਿਹੜੇ ਸਾਡੇ ਬੱਚੇ ਹੈ ਉਹਨਾਂ ਨੂੰ ਪੜ੍ਹਾਈ ਵੀ ਉਹਨਾਂ ਦੇ ਮੁਕਾਬਲੇ ਦੇ ਇੱਥੇ ਮਿਲੂਗੀ ਔਰ ਸਾਡਾ ਜਿਹੜਾ ਮਤਲਬ ਹੈ ਬੱਚੇ ਵਧੀਆ ਤਰੱਕੀ ਕਰਕੇ ਹਿੰਦੁਸਤਾਨ ਦਾ ਭਵਿੱਖ ਬਣਗੇ ਔਰ ਸਾਡਾ ਪੰਜਾਬ ਦਾ ਨਾਮ ਖਾਸ ਕਰਕੇ